ਹਾਂਜੀ ਫਰੈਂਡਸ, ਆ ਕਲਿੱਪ ਕੱਲ੍ਹ ਦੀ ਹੈ। ਕੱਲ੍ਹ ਮੈਂ ਸਲਵਾਰ ਕੱਟੀ ਸੀ ਅਤੇ ਸਿਉਣ ਵਾਸਤੇ, ਅਤੇ ਇਸ ਕਰਕੇ ਮੈਂ ਸੋਚਿਆ ਥੋੜ੍ਹਾ ਮਸ਼ੀਨ ਚਲਾ ਕੇ ਦੇਖ ਲੈਂਦੇ ਹਾਂ ਕਿ ਮਸ਼ੀਨ ਕਿਵੇਂ ਦੀ ਚੱਲਦੀ ਹੈ, ਮਤਲਬ ਖਰਾਬ ਤਾਂ ਨਹੀਂ ਚੱਲਦੀ, ਕੁੰਡੇ ਵਗੈਰਾ ਤਾਂ ਨਹੀਂ ਦਿੰਦੀ, ਵਰਨਾ ਸਿਉਣ ਦਾ ਮਜ਼ਾ ਨਹੀਂ ਆਉਂਦਾ ਹੈਗਾ। ਇਸ ਕਰਕੇ ਮੈਂ ਕਿਹਾ ਚਲੋ ਮਸ਼ੀਨ ਟਰਾਈ ਕਰਕੇ ਦੇਖ ਲੈਂਦੇ ਹਾਂ ਵੀ ਕਿਵੇਂ ਦੀ ਚੱਲਦੀ ਹੈ, ਅਤੇ ਵਧੀਆ ਚੱਲ ਰਹੀ ਸੀਗੀ ਜਦੋਂ ਦੇਖਿਆ ਉਦੋਂ ਤਾਂ। ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਵਲੋਗ 'ਚ। ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਵਲੋਗ, ਅਤੇ ਅੱਜ ਦਾ ਵਲੋਗ ਸਟਾਰਟ ਕਰ ਰਹੀ ਹਾਂ ਮੈਂ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ, ਯਾਨੀ ਕਿ ਸਵੇਰ ਦਾ ਕੰਮ ਕਰਨ ਤੋਂ ਬਾਅਦ। ਅਤੇ ਮੈਂ ਨਹਾ ਕੇ ਆਈ ਹਾਂ ਹੁਣੇ ਹੁਣੇ, ਅਤੇ ਮੈਂ ਰਸੋਈ 'ਚ ਆਈ ਹੋਈ ਹਾਂ ਚਾਹ ਬਣਾਉਣ ਵਾਸਤੇ। ਮੈਂ ਭਾਵਨਾ ਨੂੰ ਸਵਾ ਕੇ ਆਈ ਹਾਂ, ਕਿਉਂਕਿ ਮੈਂ ਤਾਂ ਭਾਵਨਾ ਇਕੱਠੇ ਲਾਉਂਦੇ ਹਾਂ ਨਾ, ਅਤੇ ਬਾਹਰ ਤਾਂ ਫਿਰ ਉਹ ਰੋਣ ਲੱਗ ਜਾਂਦੀ ਹੈ, ਅਤੇ ਫਿਰ ਮੈਂ ਉਹਨੂੰ ਸਵਾ ਤਾ। ਮੈਂ ਹੁਣ ਸੋਚਿਆ ਕਿ ਮੈਂ ਥੋੜ੍ਹੀ ਜਿਹੀ ਚਾਹ ਪੀ ਲਾਂ, ਕਿਉਂਕਿ ਮੇਰੇ ਜੇ ਗਲੇ 'ਚ ਹੈਗੀ ਆ ਥੋੜ੍ਹੀ ਜਿਹੀ ਖਰਾਸ਼, ਖਰਾਬ ਜਿਹਾ ਹੋ ਰਿਹਾ ਗਲਾ, ਅਤੇ ਤੁਹਾਨੂੰ ਪਤਾ ਹੀ ਆ ਆਪਾਂ ਕੀ ਕਰਦੇ ਹਾਂ ਜਦੋਂ ਆਪਾਂ ਨੂੰ ਗਲੇ 'ਚ ਖਰਾਸ਼ ਹੋਵੇ, ਗਲਾ ਖਰਾਬ ਹੋਵੇ, ਜਾਂ ਫਿਰ ਆਪਾਂ ਨੂੰ ਜ਼ੁਕਾਮ ਹੋਵੇ, ਜਾਂ ਫਿਰ ਆਪਣਾ ਸਿਰ ਦਰਦ ਹੋਵੇ, ਅਤੇ ਆਪਾਂ ਨੂੰ ਚਾਹ ਯਾਦ ਆਉਂਦੀ ਹੈ ਵੀ ਚਾਹ ਪੀ ਲਈਏ, ਉਹਦੇ ਨਾਲ ਸੈੱਟ ਹੋ ਜਾਏਗਾ। ਅਤੇ ਗੋਲੀ 'ਤੇ ਯਕੀਨ ਨਹੀਂ ਹੁੰਦਾ ਆਪਾਂ ਨੂੰ ਚਾਹ 'ਤੇ ਯਕੀਨ ਹੁੰਦਾ। ਅਤੇ ਚਲੋ ਜੀ, ਫਿਰ ਆਪਾਂ ਪੀ ਲੈਂਦੇ ਥੋੜ੍ਹੀ ਜਿਹੀ ਚਾਹ। ਅਤੇ ਭਾਵਨਾ ਹੁਣ ਪਤਾ ਨਹੀਂ ਅੱਧਾ ਘੰਟਾ ਸੋਊਗੀ ਜਾਂ ਫਿਰ 5-10 ਮਿੰਟ, ਫਿਲਹਾਲ ਤਾਂ ਉਹ ਸੋ ਗਈ ਹੈ। ਅਤੇ ਮੈਂ ਨਹਾ ਕੇ ਸਿਰ ਸੁਰ ਕੀਤਾ ਨਹੀਂ ਹੈਗਾ, ਕਿਉਂਕਿ ਸਿਰ ਕਰਦੀ ਹਾਂ ਮੈਂ ਸ਼ਾਮ ਨੂੰ। ਅਤੇ ਲਓ ਜੀ, ਆਪਣੀ ਚਾਹ ਬਣ ਗਈ ਆ। ਹੈਲੋ ਜੀ, ਦੇਖੋ ਭਾਵਨਾ ਸੋ ਗਈ ਹੈ। ਅੱਜ ਮੈਂ ਬੜੇ ਦਿਨਾਂ ਬਾਅਦ ਭਾਵਨਾ ਦੇ ਕਾਜਲ ਪਾਇਆ ਵਾ, ਕਿਉਂਕਿ ਮੈਂ ਦੇਖਿਆ ਹੁਸਨ ਨੇ ਕਾਜਲ ਪਾ ਰੱਖਿਆ ਸੀ, ਅਤੇ ਫਿਰ ਲੱਗੀ ਮੈਨੂੰ ਰੀਸ, ਮਤਲਬ ਕਿ ਮੈਂ ਸੋਚਿਆ ਚਲੋ ਅੱਜ ਭਾਵਨਾ ਦੇ ਵੀ ਕਾਜਲ ਪਾ ਦਿੰਦੇ ਹਾਂ। ਵੈਸੇ ਨਾ ਭਾਵਨਾ ਦੇ ਮੈਂ ਕਾਜਲ ਨਹੀਂ ਪਾਉਂਦੀ ਹੁੰਦੀ, ਕਿਉਂਕਿ ਉਹਨੂੰ ਹੱਥ ਮਾਰਨ ਦੀ ਬਹੁਤ ਗੰਦੀ ਆਦਤ ਹੈ, ਅੱਖਾਂ ਦੇ ਹੱਥ ਮਾਰ ਕੇ ਸਾਰਾ ਫੇਸ ਕਾਲਾ ਕਰ ਲੈਂਦੀ ਹੈ। ਬਟ ਅੱਜ ਮੈਂ ਰਿਸਕ ਲੈ ਲਿਆ ਵੀ ਚਲੋ ਪਾ ਦਿੰਦੇ ਹਾਂ। ਹਾਂਜੀ, ਇੱਥੇ ਮੈਂ ਚੱਕ ਰਹੀ ਹਾਂ ਭਾਵਨਾ ਦੇ ਸੋਣ ਦਾ ਫਾਇਦਾ ਵੀ ਚਲੋ ਭਾਵਨਾ ਸੋ ਰਹੀ ਹੈ, ਅਤੇ ਮੈਂ ਮਸ਼ੀਨ ਡਾ ਕੇ ਸਲਵਾਰ ਸਿਲਾਂ, ਅਤੇ ਕੱਲ੍ਹ ਕੱਟ ਲਈ ਸੀਗੀ, ਅਤੇ ਸਿੱਧੀ ਸਲਵਾਰ ਹੈ, ਸਿੰਪਲ ਨਹੀਂ ਜਿਹਨੂੰ ਕਹਿ ਦਿੰਦੇ, ਮਤਲਬ ਸਟਰੇਟ ਪਾਕਿਸਤਾਨੀ, ਯਾਨੀ ਕਿ ਇਹਦੇ ਵਿੱਚ ਪਹੁੰਚਾ ਨਹੀਂ ਹੁੰਦਾ ਹੈਗਾ, ਲੇਡੀਜ਼ ਨੂੰ ਪਤਾ ਹੀ ਹੈ ਸਾਰਿਆਂ ਨੂੰ। ਉਹ ਵਾਲੀ ਐਤਕੀ ਮੈਂ ਕਿਹਾ ਮੈਂ ਸੀ ਕੇ ਦੇਖਦੀ ਹਾਂ ਵੀ ਪਾਉਣ 'ਚ ਕਿਵੇਂ ਦੀ ਲੱਗਦੀ ਹੈ, ਇਸ ਕਰਕੇ ਮੈਂ ਉਹ ਕਟਿੰਗ ਕੀਤੀ ਸੀਗੀ। ਅਤੇ ਇੱਥੇ ਮੈਂ ਬੈਲਟ ਵਗੈਰਾ ਤਾਂ ਲਗਾ ਰਹੀ ਹਾਂ, 2-3, 4-4 ਹੀ ਚੋਣਾਂ ਆਉਣਗੀਆਂ, ਹੋਰ ਜ਼ਿਆਦਾ ਨਹੀਂ ਆਉਂਦੀਆਂ ਹੈਗੀਆਂ। ਅਤੇ ਪਹੁੰਚੇ ਮੇਰੇ ਹਜੇ ਪਏ ਨੇ, ਬਸ ਮੈਂ ਕਿਹਾ ਛੇਤੀ ਛੇਤੀ ਜੀ ਜਿੰਨਾ ਕੁ ਨਿਬੜਦਾ ਉਨਾ ਕੁ ਨਿਬੇੜ ਲਾਂ। ਹਾਂਜੀ ਫਰੈਂਡਸ, ਮੈਂ ਬੈਠੀ ਸੀ ਸਲਵਾਰ ਸੀਣ ਵਾਸਤੇ, ਅਤੇ ਮੈਂ ਉਹਦੀ ਬੈਲਟ ਪਾ ਲਈ ਆ, ਅਤੇ ਪਹੁੰਚੇ ਬਣਾਉਣ ਲੱਗੀ, ਅਤੇ ਪਹੁੰਚੇ ਵਾਸਤੇ ਕੱਟਣ ਵਾਸਤੇ ਮੈਨੂੰ ਕੈਂਚੀ ਨਹੀਂ ਮਿਲੀ ਹੈਗੀ, ਕਿਉਂਕਿ ਸਾਡੀਆਂ ਸਾਰੀਆਂ ਕੈਂਚੀਆਂ ਦੇ ਡੈਡੀ ਪੂੰਜ ਕੇ ਲੈ ਗਿਆ, ਮਤਲਬ ਇੱਕ ਵੀ ਨਹੀਂ ਛੱਡ ਕੇ ਗਏ ਵੀ ਚੱਲ ਇੱਕ ਤਾਂ ਛੱਡ ਜਾਓ ਤੁਸੀਂ, ਵੀ ਘਰ ਵੀ ਲੋੜ ਪੈ ਜਾਂਦੀ ਆ ਐਵੇਂ ਦੇ ਨੇ। ਅਤੇ ਹੁਣ ਕੈਂਚੀ ਮੰਗੀ ਨਹੀਂ ਜਾਂਦੀ ਵੀ ਕੈਂਚੀ ਕੋਈ ਮੰਗਣ ਦੀ ਚੀਜ਼ ਹੈ ਨਾ, ਕਿ ਕੋਈ ਕਹੂਗਾ। ਅਤੇ ਕਟਿੰਗ ਤਾਂ ਕੱਲ੍ਹ ਪ੍ਰੀਤ ਦੀ ਕੈਂਚੀ ਨਾਲ ਕਰ ਲਈ ਸੀਗੀ, ਅਤੇ ਹੁਣ ਰੋਜ਼ ਰੋਜ਼ ਤਾਂ ਮੰਗੀ ਵੀ ਨਹੀਂ ਜਾਂਦੀ ਹੈਗੀ, ਅਤੇ ਦੇਖਦੇ ਹਾਂ ਨਵੀਂ ਕੈਂਚੀ ਲੈ ਕੇ ਆਊਂਗੀ ਮੈਂ ਆਪਣੇ ਵਾਸਤੇ, ਉਹ ਉਹਦੇ ਡੈਡੀ ਨੂੰ ਵੀ ਦੇਣੀ, ਫਿਰ ਮੈਂ ਆਪਣੇ ਵਾਸਤੇ ਰੱਖੂੰਗੀ। ਨਾਲੇ ਮੈਂ ਕਿਹਾ ਸੀ ਵੀ ਮੇਰੇ ਵਾਸਤੇ ਇੱਕ ਐਕਸਟਰਾ ਲਿਆ ਦਿਉ, ਕਹਿੰਦੇ ਨਹੀਂ ਇਹਦੇ ਵਿੱਚੋਂ ਯੂਜ ਕਰ ਲਿਆ ਕਰ। ਹੁਣ ਜਦੋਂ ਯੂਜ ਕਰਨੇ ਸੀ ਉਦੋਂ ਸਾਰੀਆਂ ਹੁੰਝ ਕੇ ਲੈ ਗਏ, ਅਤੇ ਹੁਣ ਮੇਰੀ ਸਲਵਾਰ ਅੱਧ ਵਿਚਾਲੇ ਪਈ ਹੈ। ਮੈਂ ਪਹੁੰਚੇ ਮੇਰੇ ਬਣੇ ਨਹੀਂ ਹੈਗੇ, ਸਲਵਾਰ ਬੈਲਟ ਵਗੈਰਾ ਲੱਗ ਗਈ ਹੈ ਇਕੱਲੀ, ਅਤੇ ਤੂੰ ਕਿਉਂ ਰੋਂਦੀ ਆ?
ਹੈਲੋ ਕਰ ਦਿਓ, ਹੈਲੋ ਕਰ ਦਿਓ, ਕਰ ਦਿਓ ਬੱਚੇ, ਹੈਲੋ ਕਰ ਦਿਓ। ਅੱਜ ਕਾਜਲ ਪਾਇਆ ਦੇਖੋ, ਰੋਣਾ ਨਹੀਂ ਹੈਗਾ। ਕੀ ਲੈਣਾ ਵਾ, ਕੀ ਲੈਣਾ? ਮਾਈ ਪੀ ਕੇ ਤਾਂ ਹਟੀਆਂ, ਅੱਖਾਂ ਕਾਲੀਆਂ ਕੀਤੀਆਂ ਅੱਜ। ਚਲੋ ਜੀ ਫਰੈਂਡਸ, ਆਪਾਂ ਉਤਾਰ ਲੈਂਦੇ ਹਾਂ ਕੱਪੜੇ ਸੁੱਕੇ ਹੋਏ। ਅਤੇ ਜਾਨ ਵੀ ਆ ਗਈ ਹੈ ਸਕੂਲ 'ਚੋਂ, ਕਾਫੀ ਟਾਈਮ ਹੋ ਗਿਆ, ਹੁਣ ਤਾਂ ਟਿਊਸ਼ਨ ਜਾਣ ਦਾ ਟਾਈਮ ਹੋ ਗਿਆ, ਇਹਦਾ 4:45 ਹੋ ਰਹੇ ਨੇ, ਅਤੇ ਆ ਕਰ ਰਹੀ ਹੈ ਹੋਮਵਰਕ, ਅਤੇ ਮੈਂ ਥੋੜ੍ਹੀ ਦੇਰ ਲੇਟ ਗਈ ਸੀ। ਮੈਂ ਸੋਚਿਆ ਚਲੋ ਪਹਿਲਾਂ ਮੈਂ ਸੋਈ ਨਹੀਂ ਹੈਗੀ ਸਲਵਾਰ ਸਿਉਣ ਦੇ ਵਾਸਤੇ, ਬਟ ਮੇਰਾ ਉਹ ਕੰਮ ਵੀ ਨਹੀਂ ਬਣਿਆ ਹੈਗਾ। ਲਓ ਜੀ, ਸ਼ਾਮ ਨੂੰ ਚਾਹ ਪਾਣੀ ਦਾ ਕੰਮ ਨਿਬੇੜਨ ਤੋਂ ਬਾਅਦ ਮੈਂ ਲੱਗ ਗਈ ਸੀ ਆਪਣਾ ਸਿਰ ਸੁਰ ਕਰਨ, ਵੀ ਮੈਂ ਚਲੋ ਸਿਰ ਕਰ ਲੈਂਦੇ ਹਾਂ। ਮੇਰਾ ਮਨ ਤਾਂ ਹੈ ਨਹੀਂ ਸੀ ਵੀ ਮੈਂ ਕਿਸੇ ਦੀ ਕੈਂਚੀ ਲੈ ਕੇ ਆਵਾਂ, ਪਰ ਮੰਮੀ ਦੇ ਕਹਿਣ 'ਤੇ ਮੈਂ ਪ੍ਰੀਤ ਕੋਲੋਂ ਕੈਂਚੀ ਲੈ ਕੇ ਆਈ ਸੀ। ਮੈਂ ਕਿਹਾ ਚੱਲ ਵੀ ਬੁਕਰਮ ਵਾਸਤੇ ਥੋੜ੍ਹੀ ਜਿਹੀ ਪੱਟੀ ਕੱਟਣੀ ਆ, ਹੋਰ ਤਾਂ ਕੁਛ ਨਹੀਂ ਕਰਨਾ ਹੈਗਾ, ਥੋੜ੍ਹਾ ਜਿਹਾ ਕੰਮ ਆ ਵੀ ਚਲੋ ਮੈਂ ਲੈ ਜਾਂਦੀ ਹਾਂ। ਅਤੇ ਫਿਰ ਮੈਂ ਕੈਂਚੀ ਲੈ ਕੇ ਆਈ ਸੀ, ਅਤੇ ਮੈਨੇ ਬੁਕਰਮ ਪਹੁੰਚਿਆਂ ਵਾਸਤੇ ਪੱਟੀ ਕੱਟ ਲਈ ਸੀਗੀ, ਅਤੇ ਫਿਰ ਮੈਂ ਉਹਨੂੰ ਕੈਂਚੀ 'ਤੇ ਆਈ, ਅਤੇ ਬੁਕਰਮ ਪਹੁੰਚਿਆਂ ਅਤੇ ਬੁਕਰਮ ਜੋੜਨ ਤੋਂ ਬਾਅਦ ਫਿਰ ਮੈਂ ਉਹਦਾ ਹਲਕੀ ਜਿਹੀ ਕਟਿੰਗ ਕਰਵਾ ਕੇ ਉੱਥੇ ਲੈ ਆਈ ਸੀਗੀ, ਅਤੇ ਫਿਰ ਮੈਂ ਬਹਿ ਗਈ ਸੀ ਪਹੁੰਚੇ ਜੋੜਨ ਵਾਸਤੇ। ਅਤੇ ਪਹੁੰਚੇ ਵਾਸਤੇ ਮੈਂ 2-3 ਸਿਲਾਈਆਂ ਹੀ ਮਾਰੀਆਂ ਹਜੇ, ਅਤੇ ਮੇਰੀ ਮਸ਼ੀਨ ਦੇਣ ਲੱਗ ਗਈ ਟਾਪ, ਅਤੇ ਮੈਂ ਬੜਾ ਮੱਥਾ ਮਾਰਿਆ ਪਰ ਟਾਪ ਸਹੀ ਨਹੀਂ ਹੋਇਆ। ਮੈਂ ਪ੍ਰੀਤ ਨੂੰ ਵੀ ਕਿਹਾ ਮਾੜਾ ਜਿਹਾ ਤੂੰ ਆ ਕੇ ਦੇਖ ਜਾ ਵੀ ਕਾਹਤੋਂ ਦੇ ਰਹੀ ਹੈ ਮਸ਼ੀਨ ਟਾਪ, ਉਹਨੇ ਵੀ ਦੇਖਿਆ, ਅਤੇ ਫਿਰ ਉਹ ਕਹਿੰਦੀ ਸੂਈ ਚੇਂਜ ਕਰਨੀ ਪਊਗੀ ਮਸ਼ੀਨ ਦੀ, ਅਤੇ ਸੂਈ ਜੀ ਸਾਡੇ ਉਰੇ ਲਾਗੇ ਕਿਤੇ ਹੈ ਨਹੀਂ ਗੀ, ਅਤੇ ਫਿਰ ਕੱਲ੍ਹ ਜਾਣ ਵੀ ਜਾਊਗੀ, ਅਤੇ ਉਹ ਸਕੂਲੋਂ ਆਉਂਦੇ ਹੋਏ ਬਾਜ਼ਾਰ 'ਚੋਂ ਸੂਈ ਲੈ ਕੇ ਆਊਗੀ, ਫਿਰ ਮੈਂ ਕਰੂੰਗੀ ਆਪਣੀ ਸਲਵਾਰ ਦੀ ਸਿਲਾਈ। ਅਤੇ ਮੇਰੀ ਸਲਵਾਰ ਵਿਚਾਲੇ ਰਹਿ ਗਈ ਹੁਣ ਸਿਰਫ ਮਸ਼ੀਨ ਕਰਕੇ, ਪਹਿਲਾਂ ਕੈਂਚੀ ਕਰਕੇ ਰਹਿ ਗਈ ਸੀ, ਹੁਣ ਮਸ਼ੀਨ ਕਰਕੇ ਰਹਿ ਗਈ। ਮਤਲਬ ਮੈਂ ਜਿੰਨੀ ਕੋਸ਼ਿਸ਼ ਕੀਤੀ ਵੀ ਅੱਜ ਨਿਬੜ ਜੇ, ਬਟ ਅੱਜ ਨਿਬੜੀ ਨਹੀਂ ਹੈਗੀ, ਮੇਰਾ ਕੰਮ ਅਧੂਰਾ ਦਾ ਅਧੂਰਾ ਰਹਿ ਗਿਆ। ਦੇਖਦੇ ਹਾਂ ਕੱਲ੍ਹ ਨੂੰ ਨਿਬੜੂਗਾ ਕਿ ਨਹੀਂ ਨਿਬੜੂਗਾ। ਵੈਸੇ ਅਗਰ ਸੂਈ ਆ ਗਈ ਅਤੇ ਉਹ ਵਧੀਆ ਚੱਲਣ ਲੱਗ ਗਈ ਮਸ਼ੀਨ, ਤਾਂ ਮੈਂ ਫਿਰ ਨਿਬੇੜ ਹੀ ਦਊਂਗੀ ਭਾਵਨਾ ਜਦੋਂ ਸੋਊਗੀ ਉਸ ਤੋਂ ਬਾਅਦ। ਅਤੇ ਜੀ
ਮਸ਼ੀਨ ਤੋਂ ਤੰਗ ਆ ਕੇ ਫਿਰ ਮੈਂ ਛੱਡ ਹੀ ਦਿੱਤਾ ਅਤੇ ਫਿਰ ਮੈਂ ਹੋ ਗਈ ਰਸੋਈ ਦੀ ਤਰਫ ਵੀ ਚਲੋ ਹੁਣ ਰਸੋਈ ਦਾ ਹੀ ਕੰਮ ਕਰ ਲੈਂਦੇ ਹਾਂ ਤਾਂ ਰਸੋਈ 'ਚ ਅੱਜ ਮੈਂ ਬਣਾਇਆ ਵਾ ਅਤੇ ਅੱਜ ਮੈਂ ਬਣਾਈ ਹੈ ਸਬਜ਼ੀ ਆਲੂ ਬਣਾਉਣ ਦੀ ਅਤੇ ਨਾ ਮਸਾਂ ਬਚੀ ਹੈ ਮੇਰੀ ਸਬਜ਼ੀ ਮੈਂ ਜਾਨਵੀ ਨੂੰ ਕਹਿ ਕੇ ਗਈ ਸੀਗੀ ਹਾਏ ਨਾ ਬਚ ਗਈ ਫਿਰ ਵੀ ਹਾਂ ਗੈਸ ਬੰਦ ਕਰਦੀਆਂ ਨੇ ਕੀਤਾ ਨਹੀਂ ਹੈਗਾ ਅਤੇ ਉਹ ਦੁਬਾਰਾ ਲਾਪਰਵਾਹੀ ਹੋ ਗਈ ਅਤੇ ਜੀ ਦਿਨ ਦਾ ਦੁੱਧ ਮੈਂ ਗਰਮ ਕਰ ਲਿਆ ਵਾ ਅਤੇ ਇੱਧਰ ਜਾਨਵੀ ਨੂੰ ਮੈਂ ਆਟਾ ਛਾਣਨ ਵਾਸਤੇ ਲਾਤਾ ਵੀ ਆਟਾ ਛਾਣ ਦੇ ਅਤੇ ਉਹ ਆਟਾ ਛਾਣ ਦੂਗੀ ਅਤੇ ਅੱਜ ਸਾਨੂੰ ਮਿਲ ਗਿਆ ਵਾ ਦੁੱਧ ਜਿਨ੍ਹਾਂ ਨੇ ਸਾਡਾ ਦੁੱਧ ਹਟਾਤਾ ਸੀ ਮਤਲਬ ਉਹਨਾਂ ਦਾ ਦੁੱਧ ਹੈ ਨਹੀਂ ਸੀਗਾ ਅਤੇ ਅੱਜ ਉਹਨਾਂ ਦਾ ਫੋਨ ਆਇਆ ਸੀ ਕਿ ਸਾਡੀ ਮੱਝ ਮਤਲਬ ਉਹਨਾਂ ਦੀ ਮੱਝ ਨੇ ਪਤਾ ਨਹੀਂ ਕਿਵੇਂ ਕਰਕੇ ਵੀ ਅੱਜ ਦੁੱਧ ਫਾਲਤੂ ਹੈ ਅਤੇ ਅੱਜ ਤੋਂ ਅਸੀਂ ਤੁਹਾਡਾ ਦੁੱਧ ਬੰਨ ਰਹੇ ਹਾਂ ਤੁਸੀਂ ਲੈ ਜਾਓ ਆ ਕੇ ਅਤੇ ਅਸੀਂ ਅੱਜ ਤੋਂ ਫਿਰ ਉਹਨਾਂ ਦੇ ਘਰ ਦੁੱਧ ਬੰਨ ਲਿਆ ਅਤੇ ਅੱਜ ਮੇਰਾ ਮੂਡ ਖਰਾਬ ਹੋ ਗਿਆ ਸੀ ਮਸ਼ੀਨ ਕਰਕੇ ਜੇ ਇੱਕ ਕੰਮ ਮੇਰਾ ਬਣਿਆ ਨਹੀਂ ਹੈਗਾ ਤਾਂ ਇੱਕ ਕੰਮ ਮੇਰਾ ਬਣ ਗਿਆ ਮਸ਼ੀਨ ਵਾਲਾ ਬਣਿਆ ਨਹੀਂ ਹੈਗਾ ਅਤੇ ਦੁੱਧ ਵਾਲਾ ਬਣ ਗਿਆ ਅਤੇ ਜੀ ਐਵੇਂ ਹੁੰਦਾ ਵਾ ਵੀ ਚਲੋ ਇੱਕ ਬੰਨੇ ਥੋੜ੍ਹੀ ਮਨ ਉਦਾਸ ਹੋ ਗਿਆ ਸੀ ਤਾਂ ਦੂਜਾ ਖੁਸ਼ਖਬਰੀ ਆ ਗਈ ਵੀ ਚਲੋ ਦੁੱਧ ਅਸੀਂ ਹੁਣ ਬੰਨ ਲਿਆ ਵਾ ਅਤੇ ਹੁਣ ਮੈਨੂੰ ਰਾਤ ਨੂੰ 10:30 ਦੁੱਧ ਗਰਮ ਕਰਨ ਦੀ ਲੋੜ ਨਹੀਂ ਹੈਗੀ ਹੁਣ ਮੈਂ 6 ਆਪਣਾ ਦੁੱਧ ਗਰਮ ਕਰਕੇ ਛੇਤੀ ਕੰਮ ਨਿਬੇੜ ਸਕਦੀ ਹਾਂ ਨਹੀਂ ਤਾਂ ਮੈਨੂੰ 10:30 ਦੁੱਧ ਗਰਮ ਕਰਨਾ ਪੈਂਦਾ ਸੀਗਾ ਵਾਧੂ ਹੈ ਹਾਂ ਅਤੇ ਹਾਂ ਭਾਈ ਇੰਨੇ ਥੋੜ੍ਹੇ ਜਿਹੇ ਭਾਂਡੇ ਆਪਣੇ ਇਹਨਾਂ ਨੂੰ ਕਰਾਂਗੇ ਵੋਸ਼ ਅਤੇ ਭਾਵਨਾ ਨੇ ਅੱਜ ਕਾ ਤਾ ਵਾ ਮਿੱਟੀ ਖਾ ਖਾ ਕੇ ਵਾਰ ਵਾਰ ਮਿੱਟੀ ਖਾਣ ਚਲੇ ਜਾਂਦੀ ਆ ਉਹ ਅਤੇ ਅਸੀਂ ਜਿੰਨਾ ਮਰਜ਼ੀ ਉਹਨੂੰ ਲੈ ਕੇ ਆਈਏ ਉਹ ਫਿਰ ਵੀ ਮਿੱਟੀ ਖਾਈ ਜਾਂਦੀ ਹੈ ਕੀ ਕਰੀਏ ਤੁਹਾਡੇ ਕੋਈ ਆਈਡੀਆ ਹੈਗਾ ਮਿੱਟੀ ਹਟਾਉਣ ਦਾ ਪਲੀਜ਼ ਸਾਨੂੰ ਜ਼ਰੂਰ ਦਿਓ ਕਮੈਂਟਾਂ 'ਚ ਵੀ ਜੇ ਬੱਚਾ ਮਿੱਟੀ ਖਾਵੇ ਤਾਂ ਆਹ ਕੰਮ ਕਰੋ ਅਤੇ ਫਿਰ ਅਸੀਂ ਉਹ ਕਰਕੇ ਦੇਖਾਂਗੇ ਅਤੇ ਜੇ ਉਹ ਹਟ ਜੇ ਮਿੱਟੀ ਖਾਣੀ ਹੁਸਨ ਵੀ ਖਾਂਦੀ ਹੈ ਦੋਨੇ ਖਾਂਦੀਆਂ ਨੇ ਮਿੱਟੀ ਤਾਂ ਅਤੇ ਅਸੀਂ ਦੋਨੇ ਮੈਂ ਅਤੇ ਪ੍ਰੀਤ ਦੋਨੇ ਬਹੁਤ ਪਰੇਸ਼ਾਨ ਹਾਂ ਵੀ ਇਹਨਾਂ ਦੀ ਮਿੱਟੀ ਖਾਣ ਤੋਂ ਅਤੇ ਤੁਹਾਡੇ ਕੋਲ ਜੇ ਕੋਈ ਸਲਿਊਸ਼ਨ ਹੋਵੇ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸਣਾ ਤੁਸੀਂ ਅਤੇ ਲਓ ਜੀ ਇੱਥੇ ਮੈਂ ਦੁੱਧ ਵਗੈਰਾ ਗਰਮ ਕਰ ਲਿਆ ਵਾ ਅਤੇ ਅੱਜ ਮੈਂ ਪੀਣ ਵਾਲਾ ਪਾਣੀ ਨਹੀਂ ਲੈ ਕੇ ਆਈ ਹੈਗੀ ਕਿਉਂਕਿ ਪੀਣ ਵਾਲਾ ਪਾਣੀ ਸਾਡੇ ਘਰ ਪਿਆ ਵਾ ਅਤੇ ਉਹ ਮੇਰਾ ਕੰਮ ਮਤਲਬ ਮੈਨੂੰ ਜ਼ਰੂਰਤ ਨਹੀਂ ਪਈ ਕਰਨ ਦੀ ਅਤੇ ਹੁਣ ਮੈਂ ਲੱਗੀ ਹਾਂ ਰੋਟੀਆਂ ਪਕਾਉਣ ਵਾਸਤੇ ਅਤੇ ਰੋਟੀਆਂ ਥੋੜ੍ਹੀਆਂ ਜਿਹੀਆਂ ਨੇ ਚਲੋ ਜਲਦੀ ਬਣ ਜਾਣਗੀਆਂ ਅਤੇ ਜੀ ਇਹਦੇ ਨਾਲ ਹੀ ਕਰਦੇ ਹਾਂ ਆਪਾਂ ਫਿਰ ਇਸ ਬਲੌਗ ਦੀ ਐਂਡਿੰਗ ਜੇ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਹੋਵੇ ਪਲੀਜ਼ ਸਾਡੇ ਬਲੌਗ ਨੂੰ ਲਾਈਕ ਕਰੋ ਸਾਡੇ ਚੈਨਲ 'ਤੇ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈੱਲ ਆਈਕਨ ਦੇ ਬਟਨ ਨੂੰ ਦਬਾ ਲਓ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਕਰਦਿਆ ਕਰੋ ਧੰਨਵਾਦ ਜੀ ਬਾਏ ਬਾਏ ਜੀ ਹੱਸਦੇ ਵਸਦੇ ਰਹੋ